ਦੱਸ ਐ ਨਹੀਂ ਹੈਗੇ ਸਿਲੰਡਰ ਹੀ ਭਰਾ ਦਾ ਨਾ ਤੂੰ ਇਹ 'ਚ ਬੈਠ ਘੱਟ ਮੈਂ ਤਾਂ ਔਖੀ ਹੋਈ ਪਈ ਆ ਅਲੀ ਪੱਲੇ ਆਸਾਂ ਮੇਰੀ ਪਸੰਦੀਦਾ ਸਬਜ਼ੀ ਬਣ ਲੱਗੀ ਆ ਤੁਹਾਡੀ ਤਾਂ ਪਸੰਦੀਦਾ ਸਬਜ਼ੀ ਮੈਂ ਬਣਾਈ ਨਹੀਂ ਜਿੰਨਾ ਮੈਂ ਤੁਹਾਡਾ ਕਰਦੀ ਉਹਨਾਂ ਤੁਸੀਂ ਵੀ ਕਰ ਲਿਆ ਕਰੋ ਲੈ ਹੋਰ ਕੌਣ ਕਰਦਾ ਤੇਰਾ ਇੱਕ ਤੁਹਾਡਾ ਸਿਲੰਡਰ ਨਹੀਂ ਭਰਵਾ ਕੇ ਦਿੱਤਾ ਜਾਂਦਾ ਕੋਈ ਨਹੀਂ ਭਰਾ ਦੂੰ ਅਗਲੇ ਮਹੀਨੇ ਸਿਲੰਡਰ ਕਰ ਲੈ ਕੰਮ ਜਿੰਨੇ ਹਜੇ ਅਗਲੇ ਮਹੀਨੇ ਤੁਹਾਨੂੰ ਪਤਾ ਕਿੰਨੀ ਔਖੀ ਹੋਈ ਪਈ ਆ ਮੈਂ ਪਾਥੀਆਂ ਦਾ ਗਹਿਰਾ ਤਾਂ ਹੁਣ ਖਰੀਦਿਆ ਹਜੇ ਤੈਨੂੰ ਸਿਲੰਡਰ ਦੀ ਪੈ ਗਈ ਉਦੋਂ ਤੈਨੂੰ ਪਾਥੀਆਂ ਦੀ ਪਈ ਸੀਗੀ ਮੈਨੂੰ ਨਹੀਂ ਪਤਾ ਮੈਂ ਤਾਂ ਸਿਲੰਡਰ ਭਰਵਾ ਕੇ ਤਾਂ ਕੋਈ ਨਹੀਂ ਭਰਾ ਦੂੰ ਆ ਵੀ ਭੁੱਖ ਲਾ ਪਹਿਲਾਂ ਉਹ ਰੋਟੀ ਲੈ ਦੇ ਮੈਨੂੰ ਭੁੱਖ ਲੱਗੀ ਜਾਂਦੀ ਆ ਬਸ ਇਹ ਰੁਕ ਜਾ ਲਿਆਨੀ ਆ ਕੱਢਦਾ ਹੋਰ ਓਹ ਗਰਮੀ ਬਹੁਤ ਹੋ ਰਹੀ ਆ ਉੱਤੇ ਦੀ ਰੁੜ ਪੈਣਾ ਪੱਖਾ ਖਰਾਬ ਹੋ ਗਿਆ ਮੈਂ ਕਹਿੰਦੀ ਏਸੀ ਲਵਾ ਲਓ ਹੋਰ ਕੋਈ ਡਿਮਾਂਡ ਰੋਟੀ ਤਾਂ ਚੱਜ ਨਾਲ ਖਾ ਲੈਂਦੇ ਕਰ ਤੁਸੀਂ ਤਾਂ ਹੱਦ ਹੀ ਕਰਦੇ ਹੋ ਤੁਸੀਂ ਤਾਂ ਬਾਹਰ ਫਿਰੇ ਆਨੇ ਤੁਹਾਨੂੰ ਕੀ ਪਤਾ ਅੰਦਰ ਘਰੇ ਕਿੰਨੀ ਗਰਮੀ ਹੈ ਹੁਣ ਤਾਂ ਕਰੀ ਆ ਮੈਨੂੰ ਵੀ ਪਤਾ ਕਰ ਚ ਕੀ ਕੀ ਉਸ ਕਰਾਉਣ ਵਾਲਾ ਸਾਰਿਆਂ ਨੇ ਰੋਟੀ ਵੀ ਖਾਣ ਦੇ ਟਾਈਮ ਨਾਲ ਸਾਰਿਆਂ ਦੇ ਉੱਤੇ ਬੁੱਲੀ ਜਾਂਦੀ ਹੁੰਦੀ ਆ ਹੋਰ ਤਾਂ ਤੁਸੀਂ ਬੜਾ ਬੈਠਦੇ ਨਾ ਮੇਰੇ ਕੋਲੇ ਰੋਟੀ ਖਾਣ ਲੱਗੀ ਬੈਠਨੇ ਹੋ ਉਹ ਵੀ ਜੱਜ ਨਾਲ ਖਾਣ ਦਿੰਦੀ ਹੈਗੀ ਰੋਟੀ ਤੂੰ ਤਾਂ ਮੇਰੇ ਸਿਰ ਤੇ ਨਾ ਬੈਠ ਜੇ ਰੋਟੀ ਲੈ ਕੇ ਜਾ ਕੇ ਹੋਰ ਵੀ ਕੰਮ ਕਰ ਲਾ ਘਰ ਚ ਹੋਰ ਵੀ ਕੰਮ ਮੈਂ ਵੀ ਬੇਲੀ ਨਹੀਂ ਹੈਗੀ ਭਾਂਡੇ ਮਾਂਜਦੀ ਆ ਜਾ ਕੇ ਘਰ ਆਹ ਦਿਮਾਗ ਖਾਈ ਜਾਂਦੀ ਹੈ ਮੇਰਾ ਇਹ ਮੈਂ ਮਹੀ ਮਲਦਾ ਨੂੰ ਭਾਵੇਂ ਲੜਦੀ ਆ ਸਬਜ਼ੀ ਸਵਾਦ ਬਣਾਈ ਇਹਨੇ ਲੋ ਖਾ ਲੋ ਕੀ ਬਾਤ ਹੈ ਬੇਬੇ ਨੇ ਵੀ ਹੱਦ ਹੀ ਤਾਰ ਰੱਖੀ ਆ ਸ਼ਾਮ ਨੂੰ ਨਿਕਲ ਜਾਂਦੀ ਆ ਚੁੰਨੀ ਚੱਕਦੀ ਆ ਬਾਹਰ ਐ ਨਹੀਂ ਹੈਗਾ ਮਾੜਾ ਮੋਟਾ ਘਰ ਦੀ ਕੰਮ ਕਰਾ ਦਾਂ ਮੈਂ ਮੈਂ ਵਿਚਾਰੀ ਇਕੱਲੀ ਆ ਜਿਹੜਾ ਸਾਰਾ ਘਰ ਦਾ ਕੰਮ ਕਰੀ ਚੱਲਾਂ ਲੈ ਆ ਵੀ ਤੋ ਦੇ ਹੁਣ ਸਾਰ ਨਹੀਂ ਬੋਲੀ ਜਾਂਦੀ ਆ ਹੋਰ ਮੈਂ ਤਾਂ ਇਕੱਲੀ ਬੋਲਣ ਜੋਗੀ ਰਹਿ ਗਈ ਜਿਹੜਾ ਆਂਦਾ ਸੁਣਾਉਂਦਾ ਤੁਰ ਜਾਂਦਾ ਜਿਹੜਾ ਆਂਦਾ ਸੁਣਾਉਂਦਾ ਤੁਰ ਜਾਂਦਾ ਕੰਮ ਦਾ ਨਹੀਂ ਕੋਈ ਚੰਦੇ ਰਹਿੰਦਾ ਤਾਂ ਮੈਂ ਖੇਤਾਂ ਨੂੰ ਕਿਹੜਾ ਮਾਰਿਆ ਵਾਂ ਚਲ ਚੰਗਾ ਆਂਦੇ ਹੈ ਸਬਜ਼ੀ ਸਬਜ਼ੀ ਲੈ ਆਇਓ ਹੋਰ ਲੋਕ ਹੀ ਤੋੜ ਤੋੜ ਲੈ ਜਾਂਦੇ ਨੇ ਆਹੋ ਠੀਕ ਆ ਛੇਤੀ ਘਰੇ ਜਾ ਮੈਂ ਨਹੀਂ ਪਤਾ ਬੋਲੀ ਜਾਂਦੀ ਹੋਵੇ ਉਹ ਤਾਂ ਕੱਲੀ ਬੁੜ ਬੁੜ ਕਰੀ ਜਾਊਗੀ ਮੱਚੀ ਜਾਊਗੀ ਨਾਲੇ ਕੋਈ ਕੰਮ ਨਹੀਂ ਕੀਤਾ ਹੋਣਾ ਨੀਹਾਂ ਬੁੜੀ ਕਿੱਧਰ ਨੂੰ ਨਿਕਲੀ ਸੀ ਚੁੰਨੀ ਚੱਕੀ ਹੈ ਬੁੜੀ ਹੀ ਦੱਸਦੀ ਹੈਗੀ ਗਵਾਰ ਚ ਗਈ ਸੀ ਕੰਮ ਸੀ ਤਾਂ ਗਈ ਸੀ ਨੀ ਕਿਹੜੇ ਕੰਮ ਹੁੰਦੇ ਨੇ ਤੂੰ ਸ਼ਾਮ ਨੂੰ ਡੇਲੀ ਮੂੰਹ ਚੱਕ ਕੇ ਤੁਰ ਜਾਂਦੀ ਦਿਖਣਾ ਨਹੀਂ ਹੈਗਾ ਇੰਨੇ ਕੰਮ ਪੈਣੇ ਕਰਦੇ ਲੈ ਤੂੰ ਨਹੀਂ ਕੰਮ ਕਰ ਸਕਦੀ ਹੈਗੀ ਸਾਰੀ ਦਿਹਾੜੀ ਮੈਂ ਕੰਮ ਕਰੀ ਜਾਵਾਂ ਨਾ ਹੁਣ ਮੈਂ ਇਕੱਲੀ ਦੱਗ ਲੱਗੀ ਆ ਕੰਮ ਨੂੰ ਹੋਰ ਕੀ ਤੂੰ ਬਿਠਾਉਣ ਨੂੰ ਲਿਆਂਦੀ ਸੀ ਕੰਮ ਕਰਨ ਨੂੰ ਹੀ ਲਿਆਂਦੀ ਸੀ ਭਾਈ ਮੇਰੇ ਤਾਂ ਨਹੀਂ ਹੁੰਦੇ ਫਿਰ ਐਵੇਂ ਕੰਮ ਛੋਟੇ ਸਾਰਾ ਦਿਨ ਲੜਨ ਤੇ ਲੱਕ ਬੰਨ ਰੱਖਿਆ ਗਾ ਨਾ ਗੋਹੇ ਕੂੜੇ ਦਾ ਕੌਣ ਕਰਦਾ ਮੈਂ ਹੀ ਕਰਦੀ ਆਂਗੀ ਨਾ ਜੇ ਜੀ ਤੂੰ ਹੈਗੀ ਹੈ ਨਾ ਮੈਂ ਤਾਂ ਬਹੁਤ ਚੰਗੀ ਉਸ ਤੋਂ ਬਹੁਤ ਚੰਗੀ ਨੂੰ ਤਾਂ ਕੀ ਕਰਤਾ ਨਹੀਂ ਤੂੰ ਖੜ ਜਾ ਕੰਮ ਨਹੀਂ ਕਰਦੀ ਧੰਦਾ ਨਹੀਂ ਕਰਦੀ ਮੂੰਹ ਚੱਕਦੀ ਆ ਬਾਹਰ ਨੂੰ ਨਿਕਲ ਜਾਂਦੀ ਆ ਕੰਮ ਗਈ ਸੀ ਉਹੀ ਨਹੀਂ ਤੁਰਦੀ ਫਿਰਦੀ ਮੈਂ ਪਤਾ ਹੀ ਆ ਮੈਨੂੰ ਤਾਂ ਕਿਹੜੇ ਕੰਮ ਕੀ ਸੀ ਚੁਗਲੀਆਂ ਕਰਦੀ ਮੈਂ ਨਹੀਂ ਕੰਮ ਕੀਤਾ ਤੂੰ ਤਾਂ ਖੜਿਆ ਤੂੰ ਤਾਂ ਨਮੇੜ ਲਿਆ ਕਰ ਕੰਮ ਤੇ ਹੋਰ ਤੇਰੀ ਮਾਂ ਅੱਗੇ ਕਰਕੇ ਜਾਂਦੀ ਆ ਨਹੀਂ ਤੂੰ ਤਾਂ ਮੈਨੂੰ ਕੀ ਛੱਡੇਂਗੀ ਤੂੰ ਤਾਂ ਮੇਰੀ ਮਾਂ ਨੂੰ ਨਹੀਂ ਛੱਡਦੀ ਹੈਗੀ ਐਡੀ ਹੋਈ ਨਹੀਂ ਜਿੱਡੀ ਤੇਰੀ ਜਵਾਨ ਲੱਗ ਰਹੀ ਆ ਨਾ ਜਵਾਨ ਤਾਂ ਲੱਗੂਗੀ ਮੂਰੇ ਹੋਏ ਜੇ ਕਰਤੂਤਾ ਜੋ ਕਰਦੇ ਨਿਕਲ ਸੀ ਉਹਨਾਂ ਕਰਤੂਤਾ ਮੈਂ ਕੀ ਕਰਤੀ ਆ ਤੈਨੂੰ ਕੰਮ ਕਰਨ ਨੂੰ ਨਹੀਂ ਲਿਆਂਦਾ ਬੇਲੀ ਬੈਠਣ ਨੂੰ ਨਹੀਂ ਲਿਆਂਦਾ ਹੈਗਾ ਤੂੰ ਰਹਿੰਦੇ ਰਹਿੰਦੇ ਆ ਨਾਲ ਪੰਮੇ ਦੀ ਦੇਖ ਲੈ ਸੱਸ
ਲਾ ਕੇ ਨੀ ਕੰਮ ਕਰਨਾ ਪੈਂਦਾ। ਉਹ ਤਾਂ ਵਿਹਲੀ ਹੈਗੀ ਕਰੀ ਜਾਂਦੀ ਹੈਗੀ, ਮੇਰੇ ਮੈਂ ਸੌ ਥਾਂ ਜਾਣਾ ਹੁੰਦਾ ਕੰਮ ਤੇ। ਫਿਰ ਕਿਹੜੀ ਅਫਸਰ ਨੀ ਲੱਗੀ ਆ ਜੇ ਉਹ ਵਿਹਲੀ ਆ? ਜੇ ਅਫਸਰ ਨੀ ਲੱਗੀ ਆਂਢ ਗੁਆਂਢ ਚ ਤਾਂ ਜਾਣਾ ਪੈਂਦਾ ਦੁੱਖ ਦੇ ਸੁੱਖ ਦੇ। ਤੇਰੇ ਵਰਗੀ ਦਾ ਕੀ ਹੈਗੀ, ਅੱਜ ਜਾਂਦੀ ਨੀ ਕੱਲ ਮੈਨੂੰ ਸੁਣਾਊਗਾ, ਕੱਲ ਨੂੰ ਆਪਦੇ ਕੌਣ ਆਊਗਾ? ਨੀ ਤੂੰ ਤੁਰ ਜਾ, ਤੇ ਮੈਨੂੰ ਪਤਾ ਤੂੰ ਤੇਰੇ ਬਕਵਾਸ ਹੀ ਮਾਨੇ ਕੰਮ ਕਰ ਜਾ। ਕਿੱਥੋਂ ਪੱਲੇ ਪੈ ਗਈ ਲੜਾਈ ਦਾ ਗੱਡਾ, ਸਾਰਾ ਦਿਨ ਲੜਦੀ ਰਹਿੰਦੀ ਹੈਗੀ। ਆ ਕੀ ਆ, ਦੁਖੀ ਨੀ ਕਰ ਰੱਖੇ ਹਨ, ਦੱਸ ਮਰ ਜਾ ਕਿਤੇ ਨਿਕਲ ਜਾ। ਕੰਮ ਨੀ ਕਰਦੀ, ਧੰਦਾ ਨੀ ਕਰਦੀ, ਮਾਰੀ ਜਾਵੇ ਇਸ ਤੋਂ ਚੰਗਾ ਤਾਂ ਖੇੜਾ ਤਾਂ ਛੁੱਟੋ ਇਹਦੇ ਤੋਂ। ਛੱਟ ਪਰ ਇਹਦਾ ਨਾ ਕੀ ਆਪਦਾ ਦਿਮਾਗ ਖਰਾਬ ਕਰਨਾ। ਤੈਨੂੰ ਕੀ ਦੱਸਾਂ, ਤੈਨੂੰ ਪਤਾ ਤਾਂ ਹੈਗਾ ਗਾ ਇਹ ਕਿਹੋ ਜਿਹੀ ਹੈਗੀ, ਸਾਰੀ ਦਿਹਾੜੀ ਲੜਾਈ ਭਾਲਦੀ ਆ। ਮੈਂ ਮਾੜਾ ਇਹ ਬਾਹਰੇ ਕੀ ਬਾਗੀ, ਇਹ ਤਾਂ ਲੜਨ ਤੇ ਲੱਕ ਬੰਨ ਲੈਣੇ ਤਾਂ ਆਉਣ ਸਾਰ ਮੈਨੂੰ ਤਾਂ ਕਹਿੰਦੀ ਅੱਗੇ ਤੂੰ ਐਂ ਜਾਨੀ ਆ ਫਲਾਨੇ ਜਾਨੀ ਆ, ਹੁਣ ਮੈਂ ਅੱਛਾ ਕਿਸੇ ਜਾਵਾਂ ਵੀ ਨਾ, ਇਹ ਤਾਂ ਕਿਸੇ ਜਾਂਦੀ ਆਉਂਦੀ ਨੀ, ਨਾ ਕਿਸੇ ਕੰਮ ਦਾ ਡੱਕਾ ਤੋੜੇ ਨਾ ਕੁਛ ਹੋਰ, ਬਸ ਇਹ ਤਾਂ ਸਾਰੀ ਦਿਹਾੜੀ ਲੜਾਈ ਕਰਾ ਲਾ। ਮੈਨੂੰ ਪਤਾ ਤਾਂ ਹੈਗਾ ਹੁਣ ਸਾਰੀ ਦਿਹਾੜੀ ਐਂ ਭਾਲਦੇ ਵੀ ਸਾਰਾ ਕੋਹਾ ਕੂੜਾ ਮੈਂ ਕਰੀ ਜਾਵਾਂ, ਹੁਣ ਮੈਂ ਕਿੰਨਾ ਕੁ ਕਰਾਂ? ਤਾਈ ਮੇਰੀ ਵੀ ਸੱਸ ਹੈ, ਮੈਂ ਤਾਂ ਉਹਨੂੰ ਥੱਲੇ ਪੈਰ ਨੀ ਲਾਉਣ ਦਿੰਦੀ ਹੈਗੀ। ਹੁਣ ਭਾਈ ਇਹ ਕੀ ਕਰਾਂ, ਮੰਜੇ ਤੇ ਸਾਰਾ ਕੁਛ ਰੁਪਈ ਨੂੰ ਰੋਟੀ ਰੁਟੀ ਸਭ ਕੁਛ ਲਿਆ ਕੇ ਦਿੰਨੀ ਆ ਮੈਂ, ਨਾਲੇ ਸਾਰਾ ਘਰ ਦਾ ਕੰਮ ਮੈਂ ਆਪ ਕਰਦੀ ਆ। ਨਹੀਂ ਹੁਣ ਨੂੰਹਾਂ ਹੀ ਕਰਨੀ ਆ, ਹੋਰ ਸਾਰੀ ਦਿਹਾੜੀ ਸੱਸਾਂ ਕਰੀ ਜਾਣ, ਬਹੁਤ ਕਰ ਲਿਆ, ਹੁਣ ਇਹ ਲਿਆਂਦੀ ਤਾਂ ਕੰਮ ਕਰਨ ਨੂੰ ਨਹੀਂ ਹੈ, ਬੈਠਣ ਨੂੰ ਥੋੜੀ ਲਿਆਂਦੀ ਹੈਗੀ। ਕੋਈ ਤਾਂ ਗੱਲ ਤਾਈ, ਲੋਕੀ ਸੁਣਦੇ ਆ ਕੀ ਕਹਿੰਦੇ ਹੋਣਗੇ ਤੁਹਾਡੇ ਘਰ ਤੋਂ, ਬਾਹਲਾ ਰੌਲਾ ਪੈਂਦਾ। ਸਾਰੀ ਦਿਹਾੜੀ ਜਲੂਸ ਕੱਢਦੀ ਐ, ਬਾਹਲਾ ਜਲੂਸ ਕੱਢਦੀ ਐ ਪੁੱਛਣਾ। ਤਾਈ ਕੱਲ ਤੁਹਾਡੀ ਗੱਲਾਂ ਵੀ ਚੱਲ ਰਹੀਆਂ ਸੀ, ਉਹ ਗੁਆਂਢਣਾ ਗੱਲਾਂ ਕਰੀ ਜਾਂਦੀ ਸੀ। ਕਰਨੀਆਂ ਹੀ ਜੇ ਸਾਰੀ ਦਿਹਾੜੀ ਲੜੀ ਜਾਂਦੀ ਹੈਗੀ, ਉਹ ਤੱਕ ਸੁਣਦੀ ਆ, ਉਹ ਤੱਕ ਗਲੀ ਤੱਕ, ਲੋਕੀ ਤਾਂ ਮਜ਼ੇ ਲਈ ਜਾਂਦੇ ਆ। ਇਹਨੂੰ ਕਿਹੜਾ ਸੁਰਤ ਹੈਗੀ, ਬਸ ਇਹਨੂੰ ਤਾਂ ਆਇਆ ਵੀ ਮੈਂ 24 ਘੰਟੇ ਲੜੀ ਜਾਵਾਂ। ਰੋਜ਼ ਰੋਜ਼ ਲੜਾਈ ਕਰਨਾ ਚੰਗਾ ਵੀ ਨਹੀਂ ਲੱਗਦਾ, ਰਹਿੰਦੇ ਖੁੰਦੇ ਹੋ, ਤੁਹਾਡਾ ਜਿਹੜਾ ਮੁੰਡਾ ਹੈਗਾ ਉਹਦੇ ਨਾਲ ਵੀ ਲੜਦੀ ਆ, ਲੜੀ ਜਾਂਦੀ ਸਾਰ ਨਾਲ ਨੂੰ ਰੋਟ ਛੱਡਦੀ ਕਿਹਨੂੰ, ਐ ਨਹੀਂ ਛੱਡਦੀ ਨਹੀਂ ਕਿਸੇ ਨੂੰ, ਤੇ ਮੇਰੀ ਮਾਂ ਨੂੰ ਨਹੀਂ ਛੱਡਦੇ, ਸਾਡੇ ਵੱਡਿਆਂ ਦੀ ਸਵਾਹ ਫਰੋਲਣ ਤੱਕ ਜਾਂਦੀ ਹੈਗੀ। ਸਾਡੇ ਵੀ ਤਾਈ ਲੜਾਈ ਹੁੰਦੀ ਆ, ਪਰ ਮੈਂ ਚੁੱਪ ਕਰ ਜਾਂਦੀ ਆ ਤਾਈ। ਇਹ ਤਾਂ ਬਾਲੀ ਚਿੱਲਰ ਹੀ ਹੈਗੀ, ਐ ਨਹੀਂ ਪਤਾ ਕਦੋਂ ਕਿਸੇ ਨਾਲ ਲੜ ਪਏ, ਮੈਨੂੰ ਤਾਂ ਹੁੰਦਾ ਜੇ ਬਾਹਰ ਨਿਕਲੀ ਕਿਸੇ ਗਵਾਂਢੀ ਨਾਲ ਨਾ ਲੜ ਪਏ। ਬਸ ਕਰ ਤਾਈ, ਹੌਲੀ ਬੋਲਣਾ, ਕਿਤੇ ਸੁਣ ਲੈ ਫਿਰ ਲੜਨ ਨੂੰ ਬਹਿ ਜਾ। ਇਹ ਤਾਂ ਹੁਣ ਆ ਜੂਗੀ ਲੜਨ, ਇਹ ਤਾਂ ਕੋਈ ਪਤਾ ਨਹੀਂ। ਤਾਈ ਤੂੰ ਕੋਈ ਕੰਮ ਨਾ ਕਰਿਆ ਕਰ, ਆਪਦੀ ਲੱਤ ਉੱਤੇ ਰੱਖਿਆ ਕਰ। ਉਹ ਕੰਮ ਨਹੀਂ ਕਰਦੀ ਫਿਰ ਗਾਹ ਪਿਆ ਹੁੰਦਾ ਘਰੇ, ਕੰਮ ਕਿਵੇਂ ਨਾ ਕਰਾਂ? ਗਾਹ ਪਿਆ ਰਹੋ ਨੀ ਰਾਣੋ, ਤੂੰ ਤਾਂ ਜਮਾ ਹੀ ਸ਼ਰਮਤਾਰੀ ਆ ਕੇ ਚੁਗਲੀਆਂ ਲੱਗੀਆਂ। ਨੀ ਮੈਂ ਕੀ ਸ਼ਰਮ ਲਾ ਰੱਖਿਆ, ਮੈਂ ਤਾਂ ਤਾਈ ਦਾ ਹਾਲ ਚਾਲ ਪੁੱਛਣਾ ਸੀ। ਮੈਨੂੰ ਪਤਾ ਹੈ ਕਿਹੜੇ ਹਾਲ ਚਾਲ ਪੁੱਛਦੀ ਸੀ। ਬੇਬੇ ਤੂੰ ਤਾਂ ਸ਼ਰਮ ਕਰ ਲੈ, ਤੇਰੇ ਤੇ ਚਿੱਟਾ ਝੱਟਾ ਹੋਇਆ ਪਿਆ। ਕਿਉਂ ਮੈਂ ਕੀ ਕੀਤਾ ਨੀ? ਬਸ ਤੂੰ ਰਹਿੰਦੇ ਕੀਤਾ ਕੀ ਨੀ, ਮੈਨੂੰ ਸਭ ਸੁਣੀਆਂ ਨੇ, ਮੈਨੇ ਤੁਹਾਡੇ ਕੀ ਗੱਲਾਂ ਕਰਦੀ ਹੋ? ਹਾਲ ਚਾਲ ਪੁੱਛਣ ਆਈ ਸੀ, ਅੱਛਾ ਨਾ ਗਵਾਂਢੀ ਹਾਲ ਚਾਲ ਨਹੀਂ ਪੁੱਛਣਾ, ਆਪ ਤਾਂ ਕਿਸੇ ਨਾਲ ਕੱਟਣਾ ਨਹੀਂ, ਮੈਨੂੰ ਤਾਂ ਕੱਟਣ ਦੇ ਦੇ। ਤੂੰ ਜਿਹਦੀ ਗੱਲਾਂ ਸੁਣਦੀ ਹੈ ਨਾ, ਉਹ ਬੜਾ ਕੱਟਦੀ ਆਪਦੀ ਸੱਸ ਨਾਲ। ਇਹ ਤਾਂ ਬਣਾਈ ਵਧੀਆ ਰਹਿੰਦੀ ਹੈ, ਪੈਰ ਨਹੀਂ ਥੱਲੇ ਲਾਉਣ ਦਿੰਦੀ, ਤੇਰੇ ਵਰਗੀ ਥੋੜੀ ਹੈਗੀ। ਐਂ ਤਾਂ ਮੈਂ ਵੀ ਜਾ ਕੇ ਸੱਸ ਨੂੰ ਕਹਿ ਦਿੰਦੀ, ਮੈਂ ਤਾਂ ਆਪਦੀ ਸੱਸ ਨਾਲ ਪੈਰ ਨਹੀਂ ਥੱਲੇ ਲੱਗਣ ਦਿੰਦੀ, ਆਹ ਗੱਲਾਂ ਹੀ ਹੁੰਦੀਆਂ ਨੇ। ਨਾ ਬੇਬੇ ਮਾੜੀ ਤੂੰ ਹੀ ਸ਼ਰਮ ਕਰ ਲਾ, ਆ ਚਿੱਟਾ ਝੱਟਾ ਹੋਇਆ ਪਿਆ ਇੱਧਰ। ਨਾ ਮੇਰੇ ਚਿੱਟੇ ਝੱਟ ਗਏ ਨਹੀਂ, ਕੋਈ ਕੰਮ ਦਾ ਡੱਕਾ ਤੋੜ ਲਿਆ ਕਰ, ਹਾਲ ਚਾਲ ਪੁੱਛਣਾ ਸੀ ਮੇਰਾ। ਉਹ ਪਤਾ ਹੈ ਮੈਨੂੰ ਕਿਹੜਾ ਹਾਲ ਚਾਲ ਪੁੱਛਣਾ ਹੀ ਹੈ, ਪਤਾ ਹੀ ਇਹਦੇ ਲੱਛਣ ਇਹ ਵੀ ਕਿੱਥੇ ਕਿਤੇ ਫਿਰਦੀ ਆ। ਮਾੜੀ ਮੋਟੀ ਛੰਗ ਸ਼ਰਮ ਕਰ ਲਾ ਵੀ, ਗੁਆਂਢੀ ਦੇ ਸਾਹਮਣੇ ਆਪਦੀ ਮਾਂ ਦੀ ਬੇਇੱਜ਼ਤੀ ਕਰੀ ਜਾਂਦੀ ਆ। ਨਾ ਤੂੰ ਰਹਿਣ ਦੇ ਸੰਗ ਸ਼ਰਮ ਦੀ, ਤੇਰੇ ਵੀ ਪਤਾ ਨੇ ਲੱਛਣ, ਤੂੰ ਵੀ 37 ਵਾਰ ਆਪਦੀ ਸੱਸ ਨੂੰ ਗਾਲਾਂ ਕੱਢੀਆਂ ਨੇ, ਤੇਰੀ ਕਿਉਂ ਸੁਣਦੀਆਂ ਨਹੀਂ ਹੈਗੀਆਂ? ਆ ਗਿਆ ਮਿੱਠੀਆਂ ਮਿੱਠੀਆਂ ਮਾਰਦੀ ਹੈ। ਨਾ ਤੇਰੀ ਮਾਂ ਨੇ ਤੈਨੂੰ ਇੰਨਾ ਛੱਡ ਨਹੀਂ ਦਿੱਤਾ, ਵੱਡੇ ਨਾਲ ਕਿਵੇਂ ਬੋਲੀ ਦਾ ਹੁੰਦਾ?
ਰਿਹਾ ਬੁੜੀਏ, ਤੇਰੀ ਮਾਂ ਨੇ ਤਾਂ ਬੜਾ ਹੀ ਚੱਜ ਦਿੱਤਾ ਤੈਨੂੰ ਜਿਵੇਂ। ਨਾ ਤੂੰ ਹਰ ਇੱਕ ਵਾਰੀ ਮੇਰੀ ਮਾਂ ਤੇ ਆ ਕੇ ਖੜ ਜਾਂਦੀ ਹੈ ਨਾ, ਤੂੰ ਜ਼ਿਆਦਾ ਸਹਿਣੀ ਹੈ ਮੈਨੂੰ ਬੋਲਦੀ ਆ। ਹਰ ਇੱਕ ਵਾਰੀ ਮੇਰੀ ਮਾਂ ਤੇ ਆ ਕੇ ਚੜ ਜਾਂਦੀ ਤੂੰ ਮੇਰੀ ਮਾਂ ਨੂੰ ਕਿਵੇਂ ਪੜ ਲਈ? ਤੂੰ ਮੇਰੇ ਬੋਲ ਕਿਉਂ ਪੜਦੀ ਹੈ? ਪੱਟਾ ਸੀ ਆ। ਏ ਤੂੰ ਕਿਉਂ ਪੜਦੀ ਮੇਰੀ? ਨਹੀਂ ਤੂੰ ਜ਼ਿਆਦਾ ਸਹਿਣੀ ਹੈ। ਹਾਂ ਨਹੀਂ ਮੇਰੇ ਬਾਲ ਕਿਉਂ ਫੜੇ ਤੇਰੇ? ਆ ਫੜੇ ਨੇਗੇ ਆ। ਆ ਫੜੇ ਨੇਗੇ। ਕਿਵੇਂ ਕੁੱਤੇ ਪਕਾਈ ਕਰੀ ਜਾਂਦੇ ਇੱਕ ਦੂਜੇ ਨਾਲ? ਕੁੱਤੇ ਪਕਾਈ ਕਰੇ ਨਾਲੇ ਹੋਰ ਸਮਝਾ ਲਾ ਉਹਨੂੰ ਮਾੜਾ ਮੋਟਾ। ਹੋ ਕੀ ਗਿਆ ਗੱਲ ਤਾਂ ਦੱਸ ਦੇ ਮੈਨੂੰ। ਲੜਨ ਤੇ ਇਹਦੇ ਲੱਕ ਬੰਨੇ ਹੋਏ, ਲੜਨ ਤੇ ਨਹੀਂ ਬੰਨੇ ਹੋਏ ਨੇ ਲੱਕ। ਉਹ ਮੈਂ ਤਾਂ ਥੋੜੀ ਸਮਝ ਰਿਹਾ, ਚੰਗੀ ਆਪਣੇ ਛੱਡ ਕੇ ਆ ਕੇ ਕੁੱਤੇ ਖਣੀ ਕਰੀ ਜਾਂਦੇ ਇੱਕ ਦੂਜੇ ਨਾਲ। ਉਹ ਬੇਬੇ ਹੋ ਕੀ ਗਿਆ ਦੱਸ ਦੇ ਮੈਨੂੰ, ਐਵੇਂ ਲੜਾਈ ਹੋਣਾ ਕੀ ਹੈਗਾ? ਸਮਝਾ ਲਾ ਉਹਨੂੰ ਮਾੜਾ ਮੋਟਾ। ਆਏ ਗਏ ਨਾਲ ਲੜਨ ਲੱਗ ਜਾਂਦੇ, ਗਵਾਂਢੀਆਂ ਨੂੰ ਨਹੀਂ ਛੱਡਦੀ, ਮੈਨੂੰ ਤਾਂ ਛੱਡਣਾ ਕੀ ਹੈਗਾ ਇਹਨੇ? ਉਹ ਤੁਹਾਨੂੰ ਚੰਗੀ ਆਪਣੇ ਛੱਡ ਕੇ ਗਿਆ? ਮੈਂ ਤਾਂ ਬਈ 11 12 ਦਿਨ ਪੇਕੇ ਲਾ ਕੇ ਆਉਂਗੀ, ਉਹਨੂੰ ਸੰਭਾਲ ਲੈਣੇ, ਪਤਾ ਲੱਗ ਜੂ ਕੰਮ ਕਿਵੇਂ ਕਰਦੇ ਹੁੰਦੇ ਨੇਗੇ। ਚਲ ਆਹੋ ਜਾਇਆ, ਕੋਈ ਨੀ, ਅੱਜ ਮਾਹੌਲ ਠੰਡਾ ਹੋ ਜਾਊਗਾ, ਉਹਨੂੰ ਪਤਾ ਲੱਗ ਜੂ ਕੰਮ ਕਿਵੇਂ ਹੁੰਦਾ। ਕੰਮ ਤਾਂ ਕਰਨ ਦੀ ਇਹਨੂੰ ਸੋਹਣੀ ਹੈਗੀ, ਅੱਗੇ ਲੜਨ ਬਹਿ ਜਾਂਦੀ ਹੈਗੀ। ਨਾ ਉਹ ਕੀ ਕਰਨਾ ਸੀ ਤੇਰੀ ਗੁਆਂਢਣ, ਉਂਗਲਾਂ ਲਾ ਕੇ ਬਹਿ ਜਾਂਦੀਆਂ ਗੁਆਂਢਣ, ਆ ਕੇ ਉਹਦੇ ਆਪਸ ਚ ਲੜ ਕੇ ਬਹਿ ਜਾਂਦੇ, ਲੋਕ ਦਾ ਜਲੂਸ ਦੇਖਣ, ਜਲੂਸ ਦੇਖਣ ਦੇ ਮਾਰੇ ਬੈਠੇ ਨੇ। ਉਹ ਤਾਂ ਸੁੱਤੇ ਸਵਾ ਗੱਲ ਕਰਦੀ ਸੀ, ਇਹਨੂੰ ਤਾਂ ਲੜਨ ਤੇ ਹੋ ਜਾਂਦੀ ਹੈਗੀ ਵੀ ਮੈਂ ਲੜਨਾ। ਸੁੱਤੇ ਸਵਾ ਗੱਲ ਕਰਦੀ ਸੀ ਇਹਨੇ, ਮੈਨੂੰ ਤਾਂ ਕੀ ਛੱਡਣਾ, ਮੇਰੀ ਮਾਂ ਨੂੰ ਨੀ ਛੱਡਦੀ ਇਹ। ਉਹ ਤੈਨੂੰ ਅਕਲ ਨਹੀਂ ਹੈਗੀ, ਮੇਰੀ ਨਾਨੀ ਸਿਵੇ ਬੈਠੀ ਨੂੰ ਪਰੋਲੀ ਜਾਂਦੀ, ਤੇਰਾ ਦਿਮਾਗ ਖਰਾਬ ਹੈ? ਨਾ ਜੀ, ਜੇ ਮੈਨੂੰ ਇੰਨਾ ਕੁਝ ਬੋਲ ਦਿੰਦੇ ਨੇ ਉਹ ਤਾਂ ਤੁਹਾਨੂੰ ਦਿਖਦਾ ਨਹੀਂ ਹੈਗਾ, ਉਹ ਆ ਕੇ ਇੰਨੀ ਚੁਗਲੀਆਂ ਲੱਗੀ ਹੈ, ਲਿਆਵਾ ਤਵਾ ਬੋਲਿਆ ਚੁੱਪ ਕਰਦੀ ਹੈ। ਉਹ ਮੇਰੀ ਗੱਲ ਸੁਣ ਲਓ, ਗੁਆਂਢੀ ਨੂੰ ਅੰਦਰ ਨਾ ਵੜਿਆ ਕਰੋ, ਲੋਕਾਂ ਦੇ ਸਵਾਲ ਲੈਂਦੇ ਨੇ ਲੜ ਕਰਾ ਕਰਾ ਕੇ। ਆ ਵੜ, ਲੈ ਇਹ ਕੰਮ ਕਰ ਲੈ ਕੇ, ਕਹਿੰਦੀ ਹੈਗੀ ਚੱਲਦੀ ਨਹੀਂ ਰਹਿੰਦੀ ਹੈਗੀ। ਉਹ ਤੂੰ ਸ਼ਾਂਤ ਰਿਹਾ ਕਰ ਬੇਬੇ, ਤੂੰ ਕਿਉਂ ਲੋਕਾਂ ਦੀਆਂ ਗੱਲਾਂ ਆਉਂਦੀਆਂ ਨਹੀਂ? ਮਾੜਾ ਮੋਟਾ ਸਮਝਾ ਲੈ। ਚੱਲ ਕੋਈ ਨਹੀਂ, ਤੂੰ ਤਿਆਰ ਹੋਇਆ, ਤੈਨੂੰ ਛੱਡਿਆ ਨਾ ਮੈਂ, ਲਾਇਆ ਇੱਥੇ। ਆਹੋ ਮੈਨੂੰ ਛੱਡਿਆ ਪਰੇ, ਸਾਰਾ ਦਿਨ ਕਲੇਸ਼ ਕਾ ਕਰ ਦਿਮਾਗ ਖਰਾਬ ਕਰਿਆ। ਮੈਂ ਤਾਂ ਮਰਿਆ ਸੱਪ ਗਲ ਪਾ ਲਿਆ, ਮੈਨੂੰ ਕੀ ਪਤਾ ਸੀ ਇੰਨਾ ਜੁੰਡਮ ਜੁੰਡੀ ਹੋ ਜਾਣਗੀਆਂ। ਇਹਨਾਂ ਦੀ ਨੂੰਹ ਨੂੰ ਤਾਂ ਜਮਾ ਲੱਖਣ ਨਹੀਂ ਹੈਗਾ ਬੋਲਣ ਦਾ। ਸਤਿ ਸ਼੍ਰੀ ਅਕਾਲ ਜੀ ਤੇ ਅਸਲਾਮ ਵਾਲੇਕੁਮ, ਔਰ ਸਭ ਖੈਰੀਅਤ? ਕਮੈਂਟ ਕਰਕੇ ਜ਼ਰੂਰ ਦੱਸਿਓ ਜੋ ਸਾਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਆ। ਨੀਤੂ ਧੰਨ, ਲਵਪ੍ਰੀਤ ਕੌਰ, ਸ਼ੇਜਲ ਬਰਵਾਲ, ਵਿਕਰਮ ਸਿੰਘ, ਜੀ ਐਸ ਮਗਰ, ਹਰਜੋਤ ਵਦੀਸ਼ਾ, ਜੋਤੀ ਸਿੰਘ, ਬੇਅੰਤ ਸਿੰਘ, ਮਹਿਤਾਬ ਮੋਮ, ਚਰਨਜੀਤ ਸਿੰਘ, ਜਗਦੀਪ ਸਿੰਘ ਢਿੱਲੋਂ, ਅਮਨ ਢਿੱਲੋਂ ਜੀ ਢਿੱਲੋਂ ਜੈਤੋਂਵਾਲਾ, ਚਰਨਜੀਤ ਸਿੰਘ, ਲਵਪ੍ਰੀਤ ਸ਼ਰਮਾ ਢਿੱਲੋਂ ਅਮਨ, ਰਿਧੀਮਾ ਸ਼ਰਮਾ ਇਕਬਾਲ ਸਿੰਘ, ਸਿਮਰਨਜੀਤ ਕੌਰ, ਹੁਸੈਨ ਕਾਲੀ ਰੋਣਾ, ਰੁਪਿੰਦਰ ਕੌਰ, ਗੁਰਕੀਰਤ ਸਿੰਘ, ਸੁਖਪਾਲ ਸਿੰਘ, ਸ਼ਿਵ ਭਗਤ, ਕਸ਼ੀਸ਼ ਕ੍ਰੇਸ਼ਨ, ਕਿੱਕੀ ਰੋਬੀ, ਧਮਨਜੀਤ ਲੱਖੀ, ਜਗਸ਼ੀਰ ਜੱਸੀ, ਸ਼ਾਰਦੂਲ ਸਿੰਘ, ਅੰਜਲੀ ਡੇਗਰਾ, ਗੁਰਮੀਤ ਕੌਰ, ਸੁਖਵਿੰਦਰ ਜੱਟ, ਸੁਖਵਿੰਦਰ, ਗੁਰਤੇਜ ਸਿੰਘ ਢਿੱਲੋਂ, ਪਰਮਜੀਤ ਕੌਰ, ਗੁਰਦੀਪ ਸਿੰਘ, ਵਰਿੰਦਰ ਬਰਾੜ, ਕੰਮਾ ਕਬੱਡੀ,
ਨੇਹਾ ਨੇਹਾ, ਸੋਨੀ ਸਿੱਧੂ, ਪ੍ਰੀਤ ਜਸ਼ਨ, ਮਨਜੋਤ ਨਾਗਰਾ, ਅਮਨ ਸਿੱਧੂ, ਉਪਕਾਰ ਕੌਰ, ਭੁਪਿੰਦਰ ਸਿੰਘ, ਜੀਤ ਢਿੱਲੋਂ, ਨਵਜੋਤ ਸੰਧੂ, ਪ੍ਰਿਅੰਕਾ, ਲਵਪ੍ਰੀਤ ਸ਼ਰਮਾ, ਦਿਲਪ੍ਰੀਤ ਸੰਧੂ, ਦੀਪੂ ਢਿੱਲੋਂ, ਮਲਵਿੰਦਰ ਸਿੰਘ, ਗਗਨ ਕੌਰ ਸਰਾਂ, ਗਗਨ ਸੋਨਾ ਜੀ, ਡਿਸੈਂਟ ਕੁੱਕ, ਲਵਪ੍ਰੀਤ ਕੌਰ, ਥੈਂਕ ਯੂ ਸੋ ਮਚ ਜੀ, ਜਿਹੜੇ ਜਿਹੜੇ ਸਾਨੂੰ ਇੰਨੇ ਵਧੀਆ ਕਮੈਂਟ ਕਰਦੇ ਨੇ। ਔਰ ਸਾਡੀ ਵੀਡੀਓ ਦਾ ਜਿਹੜਾ ਮੈਸੇਜ ਸੀਗਾ ਇਹ ਕਿ ਘਰ ਦੇ ਵਿੱਚ ਨੂੰਹਾਂ ਨੂੰ ਔਰ ਜਿਹੜੀ ਨੂੰਹ ਅਤੇ ਸੱਸ ਹੁੰਦੀ ਹੈ ਇਹਨਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ, ਘਰ ਦੇ ਵਿੱਚ ਰਲ ਮਿਲ ਕੇ ਕੰਮ ਕਰਨਾ ਚਾਹੀਦਾ। ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਕਿੰਨੀਆਂ ਲੜਾਈਆਂ ਹੁੰਦੀਆਂ ਰਹੀਆਂ ਨੇ, ਇਹ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਆਪਦਾ ਘਰ ਨਹੀਂ ਪੱਟਿਆ ਕਰੋ, ਬਸ ਉਹਦੇ ਵੱਲ ਖਿਆਲ ਦਿਓ। ਔਰ ਜਿਹਨਾਂ ਦਾ ਨਾਮ ਅਸੀਂ ਇਸ ਵੀਡੀਓ ਦੇ ਵਿੱਚ ਨਹੀਂ ਲਿਆ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਲਵਾਂਗੇ। ਇਵੇਂ ਹੀ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ। ਥੈਂਕ ਯੂ ਸੋ ਮਚ। ਮੈਨੂੰ ਪਤਾ ਕਿਹੜੇ ਹਾਲ ਚਾਲ ਪੁੱਛਣੀ ਸੀ।